ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹੈਪੀ ਨਿਊ ਈਅਰ ਸਾਰਿਆਂ ਨੂੰ ਨਾਲੇ ਅੱਜ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਗੁਰਦੁਆਰਾ ਸਾਹਿਬ ਤੋਂ ਕਰਾਂਗੇ ਅਤੇ ਆ ਦੇਖੋ ਮੇਰੇ ਹਸਬੈਂਡ ਹੱਸ ਰਹੇ ਆ ਪਤਾ ਨਹੀਂ ਕੀ ਗੱਲ ਇੱਧਰ ਦੇਖੀਏ ਮਾੜਾ ਜੀ ਸਤਿ ਸ਼੍ਰੀ ਅਕਾਲ हेलो जी सत श्रीकाल जी सारे हैप्पी न्यू ईयर तुहानू तुसी की कर रहे ठीक है असी अज हुण गुरुद्वारे चले आ एक तरीक ते गमन हुण हैप्पी न्यू ईयर नवा साल ता हुण इत्थे आ मेरी बैठे आ प्रोण बाय कुमारी बकरी बैठी और देखो बकरी 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 है हाँ और बकरी चल ओके चलो अस मिल जाए गुरुद्वारे जाके चाची का बुलाओ ਅਸੀਂ ਆ ਗਏ ਗੁਰਦੁਆਰੇ ਆ ਜੁੱਤੀ ਖਾਣਾ ਇੱਧਰ ਬਾਥਰੂਮ ਨੇ ਅਸੀਂ ਮੱਠੂ ਟੱਕੇ ਚੱਲੇ ਆ प्रभु के गला बिना कहता है जे को है पहे दाता दिस दिन हा जाने का वार जिस गौर प्रसाद टूटे हो रोग नानक सो जा सदा आरोग ज्यो मंदिर को थमे थमन त्यो का शब्द बने समण ज्यो पाखान नाम जड़ तरे प्राणी गुर जन लगत निस्तरे ज्यो अंधकार दीप कपर घास गुरद सदेख मन होय बेगासा ज्यो महाद्यान मह मार्ग पावे ज्यो साधु संग मिल ज्योत प्रगटावे तिन संत के पाछो सुर नागे हर जा मूर मन मूर गाहे मिलाई है गुरु लिखे का लिखिया पाए दुख सुख प्रभ देवन हारे अवत्याग तो तसे जो कश करे सोई सुख मान भोला काहे करे अजान
त्याग बिखरा जंजाल तन तन कहे सब कोए मुख उजलार लगे सोए हो बापा दुर्गा बापा रे नाथ का कै सब रहारे चरण सागे तोय तोय पियो प्रसाद को अपना जियो सागी धूत स्नान साधु पर चढ़िए और वहां सब सेवा बटवागे पाए सब अंग कीर्तन कार्या आनक विगत साधु राखे हर गुण गाय मन रस जाखे और कह जाने भूत सग परोय अपने सोता सुमात ज्ञान ध्यान जन दे जन दास नाम ते आज हुण इत्थे चादा चादा चलदा आ लंगर चादा चलदा आ पकौड़े आ चादा मिठाई चादा आवन जाने खेत बनाया गे कारे तीन माया सब पर मंडल को रहे जो पुस्तकान सुनो पे कहे आगया आवे आगया जाए ना जा पाए ना ने सुनाए से हर सुनाए इतने पकोड़े काट दे पे उधर पढ़ने पहुंचे पे इत्थे ले रोटी जस तैयार कर दे पे रोटी अंकल हेलो तो बना बना जी इत्थे कीर्तन कमरा कीर्तन का बनाया बाहर भी मुझे बिठाड़ना पलाओ सर से कल पलाओ करके बोल दे भैया इधर इत की केंद्र हम चेता नहीं अरे हूँ मैं अंदर बैठन लगे मैं अपना कीर्तन कमरे कीर्तन खान चलो मैं अंदर बैठ गया बकरी है इतने बकरी पेड़िया पेड़िया एक बकरी गोपाल दा मोदर दीन दयाल मुख भंजन पूरन के तो मेरी मम्मी भी लगी सेवा करन उत्थे रुट के इत्थे पीलदे आ उत्थे भी तो पकाउंदे आ इत्थे आटा किन्ना सारा रखिया आ Thank you.
ਆ ਦੇਖੋ ਜੀ, ਹੁਣ ਅਸੀਂ ਆ ਗਏ ਹਾਂ ਘਰ, ਤੇ ਸਵੇਰੇ ਅਸੀਂ ਝਾੜੂ ਪੋਚਾ ਨਹੀਂ ਕਰਕੇ ਗਏ ਸੀ, ਤੇ ਆ ਦੇਖੋ ਛਿੱਕ ਮਾਰ ਤੂੰ ਇੱਕਦਮ ਸਫਾਈ ਕਰ, ਤੂੰ ਬਾਅਦ ਚ ਦੇਣੀ ਆ ਇਹਨੂੰ, ਮੈਂ ਸੈੱਟ ਕਰਕੇ ਦੇ ਦਊਂ। ਇੱਕ ਮਿੰਟ, ਉਧਰੋਂ ਉਧਰੋਂ ਇੱਕ ਪਿੱਛੇ ਰਹਿ ਗਿਆ ਕੂੜਾ। ਆ ਮੈਂ ਮਸ਼ੀਨ ਰੱਖੀ ਆ ਇੱਦਾਂ, ਫਿਰ ਇਹਨਾਂ ਸਾਰਾ ਸਾਫ਼ ਕਰ ਲਈਦਾ ਜੋ ਮਾੜਾ ਮੋਟਾ ਕੂੜਾ ਹੋਵੇ, ਅਤੇ ਇਹਨਾਂ ਫਿਰ ਪੋਚਾ ਲਾਉਣ ਦੀ ਵੀ ਨਹੀਂ ਲੋੜ ਪੈਂਦੀ। ਹੁਣ ਤਾਂ ਇੱਥੇ ਆਵਾਜ਼ ਆਉਂਦੀ ਤੁਹਾਨੂੰ ਘਰੇ ਸੌਂਦਾ ਨਹੀਂ ਹੋਣਾ, ਅਤੇ ਜੋ ਇਹਨਾਂ ਸਾਫ਼ ਕਰਦੇ ਫਿਰ ਪੋਚਾ ਲਾਉਣ ਦੀ ਲੋੜ ਨਹੀਂ ਪੈਂਦੀ। ਇਹਨਾਂ ਮਨ ਰੂਪ ਕੌਰ ਵੀ ਸਫਾਈ ਕਰ ਲੈਂਦੀ ਆ। ਪੁੱਤ ਦਾਣਾ ਪੁੱਤ, ਇਹਨੂੰ ਜ਼ੋਰ ਨਾਲ ਖਿੱਚੇ ਨਿਕਲ ਜਾਂਦਾ, ਹੁੱਕ ਲਾ ਨਾ ਇਹਦੀ ਚੰਗੀ ਤਰ੍ਹਾਂ। ਆਹਦੇ ਪਿੱਛੋਂ ਤੁਸੀਂ ਕਿਉਂ ਧੋ ਨਹੀਂ ਕੀਤਾ ਇਹਨੂੰ, ਇੱਥੋਂ ਕਿਉਂ ਧੋ, ਕਰੋ ਇਹਨੂੰ ਪ੍ਰੈਸ ਕਰੋ ਇਹਨੂੰ। ਓਕੇ ਚਲੋ ਚਲਾਓ ਹੁਣ, ਮਨ ਰੂਪ ਕੌਰ ਨੂੰ ਵੀ ਫੜਾਇਓ ਚਲਾ ਕੇ। ਆਹ ਦੇਖੋ ਇੱਕ ਨੀਚੇ, ਚੰਗੀ ਤਰ੍ਹਾਂ ਕਰੋ, ਚੱਕੋ ਕਾਲਾ ਜਿਹਾ ਵਿੱਚ ਜਿਹੜਾ। ਮੈਨੇ ਤੂੰ ਵੀ ਸਫਾਈ ਕਰਨੀ ਆ, ਸਤਿ ਸ਼੍ਰੀ ਅਕਾਲ ਬੁਲਾ ਦਿਓ। ਚੱਲ ਫੜਾ ਦੇ ਇਹਨੂੰ। ਚਲੋ ਫੜਾ ਦਿਓ ਦੀਦੀ ਨੂੰ ਹੁਣ। ਨਹੀਂ ਉਧਰੋਂ ਕੀਤਾ, ਬੈੱਡ ਦੇ ਪਰਲੇ ਪਾਸਿਓਂ ਵੀ ਕਰੋ ਸਾਫ ਸਾਫ। ਨਾਲ ਮੈਂ ਨਾ ਇੱਕ ਚੀਜ਼ ਲੈ ਕੇ ਆਈ ਸੀਗੀ ਉੱਥੇ ਇੰਡੀਅਨ ਸ਼ੋਪ ਤੋਂ ਲਿਆਉਂਦੀ ਸੀਗੀ, ਉਹ ਮੈਂ ਤੁਹਾਨੂੰ ਬਾਅਦ 'ਚ ਦਿਖਾਉਂਦੀ। ਹਾਂ ਕੀ ਆ, ਆ ਵੀ ਸਾਫ਼ ਕਰ ਚੰਗੀ ਤਰ੍ਹਾਂ। ਜੇ ਤੁਹਾਡੇ ਬੱਚੇ ਕੰਮ ਕਰਦੇ ਤਾਂ ਉਹਨਾਂ ਨੂੰ ਕਰਨ ਦਿਓ, ਤਾਂ ਜੋ ਫਿਰ ਬੱਚਿਆਂ ਨੂੰ ਆਦਤ ਪੈ ਜਾਂਦੀ ਆ ਕੰਮ ਕਰਨ ਦੀ। ਇੱਦਾਂ ਖੁਸ਼ ਹੋ ਕੇ ਕੰਮ ਜਿਹੜਾ ਵੀ ਬੱਚੇ ਕਰਦੇ ਉਹਨੂੰ ਕਰਨ ਦੇਈਦਾ ਹੁੰਦਾ, ਨਾਲੇ ਤੁਹਾਡੀ ਹੈਲਪ ਹੋ ਜਾਂਦੀ ਅਤੇ ਨਾਲੇ ਬੱਚੇ ਖੁਸ਼। ਉੱਧਰ ਦੇਖੋ ਮਹਿਮਾਨ ਆਏ ਹੋ ਆ ਸਾਡੇ, ਆ ਬਹਿ ਗਏ ਦੋਨੋਂ ਭਰਾ, ਉਹ ਬਹਿ ਗਏ ਗੇਮਾਂ ਖੇਡਣ। ਤੁਸੀਂ ਕੀ ਕਰ ਰਹੇ ਆ? ਸਤਿ ਸ਼੍ਰੀ ਅਕਾਲ ਨਹੀਂ ਬਣਾਉਂਗੇ ਮੇਰੇ ਯੂਟਿਊਬ ਫੈਮਿਲੀ ਨੂੰ? ਚਲੋ ਠੀਕ ਆ ਫਿਰ, ਆਹ ਹੁਣ ਇੱਧਰੋਂ ਇਹਨੂੰ ਛੂ ਲਾ ਕੇ ਉੱਧਰ ਲਾ ਲਓ, ਦੇਖੇ ਘਰ ਐਨ ਸਾਫ਼ ਹੋ ਜਾਣਾ ਮਿੰਟੋ ਮਿੰਟ। ਚੱਲ ਮਨ ਨੂੰ ਵੀ ਦੇ ਦੇ ਹੁਣ, ਉੱਥੇ ਲਾਓ ਆ ਵਾਲੇ ਨਵੇਂ ਨਵੇਂ ਵਾਲੇ ਚ ਇੱਧਰ, ਹਾਂ ਇੱਥੇ ਇੱਥੇ ਲਗਾਓ। ਆ ਦੇਖੋ ਗੁੱਡੀਆਂ ਗੱਡੀਆਂ ਇੱਦਾਂ ਰੱਖ ਦਿੰਦੀਆਂ, ਖਲਾਰਾ ਚੱਕਿਆ ਨਹੀਂ ਸਵੇਰ ਦਾ, ਇੱਦਾਂ ਪਿਆ ਆ। ਲਾਈਟ ਜਗਾਓ ਬੇਟਾ, ਲਾਈਟ ਲਾਈਟ ਔਨ ਕਰੋ, ਸਹੀ ਨਹੀਂ ਦੇਖਣਾ। ਉਹ ਵੀ ਕਰੋ ਸਾਫ ਸਾਈਡ ਤੇ, ਹੋਈ ਮੈਂ ਮਨ ਰੂਪ ਦਿਖਾਵਾਂ। ਉਹ ਲਾ ਲਾ ਕੰਪਿਊਟਰ ਦਾ ਚਾਰਜ ਲਾ ਬੇਟਾ, ਉੱਥੇ ਲਾ ਕੇ ਲੈ ਜਾ, ਕੁਛ ਨਹੀਂ ਹੋਣ ਲੱਗਾ। ਹਾਂਜੀ ਹਾਂਜੀ, ਗਾਂ ਵੀ ਕਰੋ ਪੁੱਤ, ਉੱਧਰ ਨੂੰ ਕਰੋ ਹੁਣ। ਹਾਂਜੀ ਹਾਂਜੀ, ਚੱਲ ਇੱਕ ਤੂੰ ਕਰਦੇ ਹਾਂ ਬਸ, ਹੁਣ ਦੀਦੀ ਨੂੰ ਦੇ ਦਿਓ, ਦੀਦੀ ਨੂੰ ਦੇ ਦਿਓ, ਦੀਦੀ ਚੰਗੀ ਤਰ੍ਹਾਂ ਕਰਦੀ ਆ। ਹੁਣ ਇੱਥੇ ਮਾੜੇ ਮੋਟੇ ਦਾਗ ਲੱਗੇ ਆ, ਅਤੇ ਮੈਂ ਹੁਣ ਸਵੇਰੇ ਚਾਹ ਡੋਲਤੀ ਸੀ ਇਹਨਾਂ ਨੇ, ਉਹ ਮੈਂ ਬਾਅਦ 'ਚ ਪੋਚਾ ਲਾਉਂਦੀ ਮਾੜਾ ਮੋਟਾ ਸੀ। ਚੱਲ ਵੀ ਓਕੇ, ਸਤਿ ਸ਼੍ਰੀ ਅਕਾਲ ਕਹਿ ਦੇ ਹੁਣ, ਆਪਾਂ ਤਾਂ ਸਫਾਈ ਕਰਦੇ ਰਹਿਣਾ ਆ ਸਾਰੀ, ਥੋੜ੍ਹਾ ਦਿਖਾਉਣੀ ਹੁਣ ਇੱਕ ਬੰਦ ਕਰਕੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
वीडियो पसंद लगी है लाइक कमेंट शेयर कर दियो ये जगह और वीडियो से मिलते हैं चंगा जी सारे सत श्री अकाल बाय का देख कम दूंगी मन बाय का दिश बाय का दे हैप्पी न्यू ईयर है आज हैप्पी बर्थडे बाय।